ਨੂੰ ਗੁਨਿਆਣਾ ਵਿਖੇ ਲੱਖੀ ਜੁਐਲਰਸ ਦੇ ਡਕੈਤੀ ਹੋਈ ਸੀਗੀ ਉਸ ਦੇ ਸਿਲਸਿਲੇ ਦੇ ਵਿੱਚ ਅਸੀਂ ਕੱਲ ਸ਼ਾਮੀ ਦੇਰ ਸ਼ਾਮ ਦੋ ਅਰੈਸਟ ਹੋਰ ਕੀਤੀਆਂ ਨੇ ਤਿੰਨ ਅਰੈਸਟ ਅਸੀਂ ਪਰਸੋਂ ਕੀਤੀਆਂ ਸੀ ਦੋ ਅਰੈਸਟ ਅਸੀਂ ਕੱਲ ਸ਼ਾਮ ਹੋਰ ਕੀਤੀਆਂ ਨੇ ਗੁਰੂ ਕੀ ਢਾਬ ਏਰੀਆ ਜੋ ਫਰੀਦਕੋਟ ਏਰੀਆ ਡਿਸਟ੍ਰਿਕਟ ਦਾ ਏਰੀਆ ਪੈਂਦਾ ਉੱਥੋਂ ਅਤੇ ਉਹਨਾਂ ਤੋਂ ਬੰਦੇ ਤੋਂ ਉਹਨਾਂ ਦੇ ਨਾਂ ਹੈਗੇ ਜਗਜੀਤ ਸਿੰਘ ਉਰਫ ਜੱਗਾ ਅਤੇ ਰੇਸ਼ਮ ਸਿੰਘ ਇਹ ਹੈਗੇ ਕੋਠੇ ਸਰਾਵਾਂ ਦੇ ਦੋਨੇ ਰਹਿਣ ਵਾਲੇ ਆ ਅਤੇ ਇਹਨਾਂ ਤੋਂ ਅਸੀਂ ਰਿਕਵਰੀ ਦੇ ਤੌਰ 'ਤੇ 78.6 ਤੋਲੇ ਸੋਨੇ ਦੇ ਗਹਿਣੇ ਅਤੇ 898 ਗ੍ਰਾਮ ਚਾਂਦੀ ਦੇ ਗਹਿਣੇ ਇੱਕ ਦੇਸੀ ਪਿਸਟਲ 12 ਬੋਰ ਅਤੇ ਇੱਕ ਉਹ ਟਕੂਆ ਟਾਈਪ ਜਿਹੜਾ ਹੁੰਦਾ ਹਥਿਆਰ ਜਿਹੜਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਉਹ ਬਰਾਮਦ ਕੀਤਾ ਹੈਗਾ ਜੀ ਸਰ ਕੰਮ ਕੀ ਕਰਦੇ ਜਿਹਨਾਂ ਦੀ ਬੈਕਗ੍ਰਾਊਂਡ ਸੀ ਇਹ ਬੈਕਗ੍ਰਾਊਂਡ ਜਿਹੜਾ ਇਹ ਹੈਗਾ ਜਗਜੀਤ ਸਿੰਘ ਇਹ ਤਾਂ ਜਿਹੜੇ ਕਿਉਂ ਕਹਿੰਦੇ ਆ ਮੰਜੇ ਨਹੀਂ ਬਣਾਉਂਦੇ ਮੰਡੇ ਪਾਵੇ ਲੋਹੇ ਵਾਲੇ ਜਿਹੜੇ ਤੋਂ ਉਹਨੂੰ ਪੇਂਟ ਪੂੰਟ ਕਰਦਾ ਸੀਗਾ ਉਹਦਾ ਇਹ ਕੰਮ ਹੈਗਾ ਅਤੇ ਜਿਹੜਾ ਰੇਸ਼ਮ ਸਿੰਘ ਹੈਗਾ ਇਹ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਇਹ ਏਜੰਟ ਹੈਗਾ ਮੋਬਾਈਲ ਆਇਲ ਦਾ ਜਿਹੜਾ ਗੁਰਿਆਣਾ ਮੰਡੀ ਦੇ ਵਿੱਚ ਸਪਲਾਈ ਕਰਦਾ ਸੀ ਪਹਿਲਾਂ ਕੋਈ ਮਾਮਲੇ ਦਰਜ ਸੀ ਇਹਨਾਂ ਦੇ ਲੜਾਈ ਝਗੜੇ ਦੇ ਮਾਮਲੇ ਦਰਜ ਹੈਗੇ ਦੋਨਾਂ 'ਤੇ ਪਿੰਡ ਦੇ ਵਿੱਚ ਉੱਥੇ ਫਰੀਦਕੋਟ ਇਹਨਾਂ ਦੇ ਆਪਣੇ ਪਿੰਡ ਦੇ ਵਿੱਚ ਜਿਹੜੇ ਕੱਲ੍ਹ ਫੜੇ ਸੀ ਉਹਨਾਂ ਨੂੰ ਪੁੱਛ ਕੋਈ ਸਾਹਮਣੇ ਆਇਆ ਬ੍ਰਦਰ ਕਿਉਂਕਿ ਕੱਲ੍ਹ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਦੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲ ਗਈ ਅਸੀਂ ਇਹਨਾਂ ਦੇ ਮਗਰ ਲੱਗ ਗਏ ਹਾਂ ਅਤੇ ਕਾਫੀ ਸਾਰੀ ਰਾਤ ਲੱਗੇ ਰਹੇ ਰਿਕਵਰੀ ਕੀਤੀ ਹੈ ਹੁਣ ਇਹਨਾਂ ਨੂੰ ਪੇਸ਼ ਕਰਕੇ ਅਤੇ ਇਹਨਾਂ ਨੂੰ ਸਾਰਿਆਂ ਦੀ ਇਕੱਠੀ ਇੰਟਰੋਗੇਸ਼ਨ ਜਾਂ ਪੁੱਛਗਿੱਛ ਇਕੱਠੀ ਹੋਏਗੀ।